ਤਸਵੀਰਾਂ ਦੇ ਵਿੱਚ ਟਰੈਕਟਰ ਵਾਂਦਾ ਦਿਖ ਰਿਹਾ ਹੈ ਕਿਸਾਨ ਆਪਣੀ ਹੀ ਫਸਲ ਨੂੰ ਤਬਾਹ ਕਰ ਰਿਹਾ ਹੈ। ਦਰਅਸਲ ਇਸ ਕਿਸਾਨ ਦੀ ਫਸਲ ਨੂੰ ਇੱਕ ਅਜਿਹਾ ਕੀੜਾ ਲੱਗ ਗਿਆ ਹੈ ਜੋ ਕਿ ਪੂਰਾ ਖੇਤ ਹੀ ਖਾਲੀ ਕਰ ਰਿਹਾ ਹੈ। ਇਹ ਤਸਵੀਰਾਂ ਮਹਿਜ਼ ਇੱਕ ਖੇਤ ਦੀਆਂ ਨਹੀਂ ਬਲਕਿ ਪੂਰੇ ਸੰਗਰੂਰ ਜ਼ਿਲ੍ਹੇ ਦਾ ਹੀ ਇਹ ਹਾਲ ਹੈ। ਹੁਣ ਤੱਕ 3000 ਏਕੜ ਦੇ ਕਰੀਬ ਗੇਹੂੰ ਦੀ ਫਸਲ ਕੀੜੇ ਨੇ ਬਰਬਾਦ ਕਰ ਦਿੱਤੀ ਹੈ, ਜਿਸ ਨੂੰ ਕ੍ਰਿਸ਼ੀ ਵਿਭਾਗ ਸੈਨਿਕ ਸੁੰਡੀ ਦਾ ਨਾਮ ਦੇ ਰਹੇ ਨੇ। ਇਸ ਸੁੰਡੀ ਦੀ ਰੋਕਥਾਮ ਲਈ ਕੁਝ ਵੀ ਅਜਿਹਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਨਾਲ ਕਿਸਾਨਾਂ ਦੀ ਫਸਲ ਨੂੰ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਕੀੜੇ ਦੇ ਉੱਤੇ ਕਿਸੇ ਵੀ ਕੀਟਨਾਸ਼ਕ ਦਵਾਈ ਦਾ ਕੋਈ ਅਸਰ ਨਹੀਂ ਹੋ ਰਿਹਾ। ਕਿਸਾਨ ਜੋ ਕਿ ਇਸ ਪਰੇਸ਼ਾਨੀ ਦਾ ਸ਼ਿਕਾਰ ਹੋਏ, ਉਹਨਾਂ ਦੇ ਵੱਲੋਂ ਕ੍ਰਿਸ਼ੀ ਵਿਭਾਗ ਦੇ ਮੁੱਖ ਦਫ਼ਤਰ ਦੇ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਿੰਨੀ ਵੀ ਉਹਨਾਂ ਦੀ ਫਸਲ ਖਰਾਬ ਹੋਈ ਹੈ ਉਸਦਾ ਬਣਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਕਿਸਾਨਾਂ ਦੇ ਨਾਲ ਜੋਗਿੰਦਰ ਸਿੰਘ ਉਗਰਾਹ ਕਿਸਾਨ ਨੇਤਾ ਅਤੇ ਮਨਜੀਤ ਸਿੰਘ ਕਿਸਾਨ ਨੇਤਾ ਵੀ ਸ਼ਾਮਲ ਰਹੇ, ਜਿਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਸੀ, ਜਿਸ ਦਾ ਖਾਮਿਆਜ਼ਾ ਹੁਣ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਗਰੁੱਪ ਦਾ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਲੀਲਾ ਚੋਟੀਆਂ ਜੀ, ਜਿਹੜੀ ਸੁੰਡੀ ਪਈ ਇਹਦਾ ਕੀ ਕਾਰਨ ਹੈ? ਸੁੰਡੀ ਪੈਣ ਦਾ ਕਿਸਾਨ ਦੇ ਵਿੱਚ ਇਹ ਸੁੰਡੀ ਦਾ ਜੀ, ਜਿਹੜੀ ਇਹ ਪਰਾਲੀ ਹੈ, ਇਹ ਪਰਾਲੀ ਸਰਕਾਰ ਨੇ ਹਦਾਇਤਾਂ ਦੇ ਕੇ ਵਿੱਚ ਵਹਾਈ ਹੈ। ਕਿਸਾਨਾਂ ਨੇ ਡਰਦਿਆਂ ਨੇ ਲਾ ਲਓ, ਚਾਹੇ ਸਰਕਾਰ ਦੀਆਂ ਹਦਾਇਤਾਂ ਪੂਰੀਆਂ ਕਰਨ ਵਾਸਤੇ ਲਾ ਲਓ, ਵੀ ਉਹ ਕਿਸਾਨਾਂ ਨੇ ਪਰਾਲੀ ਵਿੱਚ ਵਾਹ ਕੇ ਦੇਖੀ। ਇਹ ਪਰਾਲੀ ਦਾ ਕਾਰਨ ਇਹ ਹੈ ਵੀ ਜਿਹੜੀ ਪਰਾਲੀ ਦਾ ਉੱਤੇ ਫੂਸ ਹੁੰਦਾ, ਉਹ ਫੂਸ ਕਦੇ ਵਾਸਤੇ ਵੀ ਗਲਦਾ ਨਹੀਂ ਹੈਗਾ। ਉਹ ਨਾ ਗਲਣ ਕਾਰਨ ਉੱਥੇ ਸੁੰਡ ਪੈਦਾ ਹੋ ਗਿਆ। ਇਹ ਸੁੰਡ ਨੇ ਇੰਨੇ ਤਪਾ ਰੱਖੇ ਨੇ, ਕਿਸਾਨ ਦੁਖੀ ਹੁੰਦੇ, ਕਿਸਾਨ ਬਹੁਤ ਬਹੁਤ ਖਰਚਾ ਹੋ ਗਿਆ। ਆਇਸ ਦੇ ਜਿਹੜੇ ਖੇਤ ਦੇ ਵਿੱਚ ਅਸੀਂ ਖੜ੍ਹੇ ਹਾਂ, 5000 ਰੁਪਇਆ ਪ੍ਰਤੀ ਏਕੜ ਦਾ ਇਹਦਾ ਬਿਜਾਈ ਦਾ ਹੋ ਗਿਆ। ਉਦੋਂ ਬਾਅਦ ਇਹਨਾਂ ਨੇ ਸੈਲਫਰ ਪਾ, ਪਾਣੀ ਸੁਕਾਉਣ ਵਾਸਤੇ ਮੀਂਹ ਪੈ ਗਿਆ, ਇੱਕ ਗੜਿਆਂ ਦੀ ਮਾਰ ਹੋ ਗਈ, ਦੂਰੀ ਮਾਰ ਇਹਨਾਂ ਕਿਸਾਨਾਂ 'ਤੇ ਪੈ ਗਈ। ਇਹ ਸੁੰਡ ਨੇ ਜ਼ਿਆਦਾ ਤੰਗ ਕਰ ਲਏ, ਇਸ ਕਾਰਨ ਇਹਨਾਂ ਨੇ ਖਰਚਾ ਵੀ 2000-2500 ਰੁਪਏ ਦਾ ਕਿੱਲੇ ਦਾ ਹੋਰ ਕਰਤਾ ਬਿਜਾਈ ਤੋਂ ਬਿਨਾਂ ਵੀ। ਹੁਣ ਦੁਬਾਰੇ ਬੀਜਣਗੇ, ਹੁਣ ਮੰਨ ਕੇ ਦੁਬਾਰੇ ਝੜ ਹੋ ਜੇ, ਦੁਬਾਰੇ ਫਿਰ ਇਹ ਮਾਰੇ ਜਾਣ, ਫਿਰ ਇਹਦੇ 'ਚ ਕੋਈ ਫਸਲੇ ਨਹੀਂ ਬੀਜਣੀ। ਮੇਰਾ ਨਾਮ ਮੱਖਣ ਸਿੰਘ ਪਾਪੜਾ ਜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਬਲਾਕ ਲਹਿਰਾ ਸਕੱਤਰ ਜੀ। ਪਤਾ ਜੀ, ਇੱਕ ਕਣਕ ਦੇ ਵਿੱਚ ਸੁੰਡੀ ਪਈ ਹੈ, ਇਹ ਕੀ ਕਾਰਨ ਹੈ? ਕਿੰਨੇ ਏਕੜ 'ਚ ਸੁੰਡੀ ਪਈ ਹੈ ਅਤੇ ਕਿੰਨਾ ਰਕਬਾ ਹੋਇਆ ਇਹ ਜੀ? ਲਗਭਗ ਜਿਵੇਂ ਵੱਡਾ ਪਿੰਡ ਹੈ ਉਹ 'ਚੋਂ 100 ਏਕੜ ਅਤੇ ਛੋਟਾ ਪਿੰਡ ਹੈ ਉਹ 'ਚੋਂ 50 ਏਕੜ, ਇਸ ਤਰ੍ਹਾਂ ਪਈ ਹੈ ਜੀ। ਪ੍ਰਧਾਨ ਜੀ, ਲਹਿਰੇ ਹਲਕੇ 'ਚ ਲਗਭਗ ਕਿੰਨੀ ਕੁ ਇਹ ਸੁੰਡੀ ਪੈ ਚੁੱਕੀ ਹੁਣ ਤੱਕ? ਲਹਿਰੇ ਹਲਕੇ ਦੇ ਵਿੱਚ ਜੀ ਲਗਭਗ ਤਕਰੀਬਨ 5000 ਏਕੜ ਵਾਂਗੂ ਹੋਊਗਾ ਜੀ ਇਹ। ਉਹਨੇ ਕਿਹਾ ਜੀ ਵੀ ਮੈਂ ਕੁਛ ਨਹੀਂ ਕਰ ਸਕਦਾ, ਇੱਕ ਦੋ ਪਿੰਡਾਂ ਦਾ ਜਿਹੜਾ ਤੁਹਾਡਾ ਮੈਂ ਘੱਗਰ ਏਰੀਏ ਦੀ ਮਾਰ ਦੇ ਵਿੱਚ ਨਾਂ ਪਾ ਦਿੰਦਾ, ਹੋਰ ਮੇਰੇ ਕੋਲ ਇਹਦਾ ਕੋਈ ਠੋਸ ਹੱਲ ਨਹੀਂ। ਅੱਜ ਜਿਹੜਾ ਖੇਤੀਬਾੜੀ ਵਿਭਾਗ ਸੰਗਰੂਰ ਦੇ ਵਿੱਚ ਅਸੀਂ ਧਰਨਾ ਲਾਇਆ, ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਦੇ ਜਿਹੜੇ ਖੇਤਾਂ ਦੇ ਵਿੱਚ ਜਿਹੜੀ ਕਣਕ ਬੀਜੀ ਹੈ, ਜਿਹੜੀ ਸਿੱਧੀ ਬਿਜਾਈ ਕੀਤੀ ਹੈ, ਜਿਹਨੀ ਪਰਾਲੀ ਵਿੱਚ ਵਾਹ ਕੇ ਬਿਜਾਈ ਕੀਤੀ ਹੈ, ਉੱਥੇ ਵੱਡੀ ਪੱਧਰ 'ਤੇ ਸੁੰਡੀ ਨੇ ਕਣਕ ਦਾ ਨੁਕਸਾਨ ਕੀਤਾ, ਕਿਉਂਕਿ ਇਹ ਸਿਫਾਰਿਸ਼ PAU ਦੀ ਹੈ। ਉੱਧਰੋਂ ਸਰਕਾਰ ਦਾ ਇਹ ਸਖਤ ਰੁੱਖ ਹੈ ਕਿ ਜਿਹੜੇ ਲੋਕ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ 'ਤੇ ਪਰਚੇ ਦਰਜ ਕਰਾਂਗੇ, ਉਹਨਾਂ 'ਤੇ ਜੁਰਮਾਨੇ ਪਾਵਾਂਗੇ, ਜੁਰਮਾਨੇ ਪਾਏ ਵੀ ਨੇ, ਪਰਚੇ ਦਰਜ ਵੀ ਕੀਤੇ ਨੇ, ਕੇਸ ਵੀ ਪਾਏ ਨੇ, ਅਤੇ ਉਹ ਡਰਦੇ ਮਾਰੇ ਅਤੇ PAU ਦੇ ਪ੍ਰੇਰਿਤ ਕੇ ਉਹਦਾ ਜਦੋਂ ਹੱਲ ਪੁੱਛਿਆ, PAU ਨੇ ਜਿਹੜਾ ਹੱਲ ਕੱਢਿਆ ਉਹ ਹੱਲ ਦੇ ਮੁਤਾਬਕ ਜਿਹੜੇ ਕਿਸਾਨਾਂ ਨੇ ਸਿੱਧੀ ਬਿਜਾਈ ਕਰਤੀ ਪਰਾਲੀ ਵਿੱਚ ਵਾਹ ਕੇ, ਉਹਦਾ ਵੱਡੀ ਪੱਧਰ 'ਤੇ ਨੁਕਸਾਨ ਹੋ ਗਿਆ। ਇੱਕ ਗੁਲਾਬੀ ਰੰਗ ਦੀ ਸੁੰਡੀ ਪਈ ਹੈ ਜਿਹਨੇ ਕਣਕ ਦਾ ਸੈਂਕੜੇ ਏਕੜ ਹੈਕਟੇਅਰ ਦਾ ਨੁਕਸਾਨ ਕਰਤਾ। ਉਹ ਨੁਕਸਾਨ ਦਾ ਜਦੋਂ ਇਹਨਾਂ ਨੂੰ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਦਿਖਾਇਆ, ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੂੰ ਦਿਖਾਇਆ, ਤਾਂ ਇਹਨਾਂ ਕੋਲ ਦਾ ਕੋਈ ਠੋਸ ਜਵਾਬ ਨਹੀਂ ਮਿਲਿਆ। ਕਦੇ ਇਹ ਕਹਿ ਦਿੰਦੇ ਵੀ ਅਸੀਂ ਆਪਦੀ ਫਰੀ ਜੀ ਹੁਣ ਹੈਪੀ ਸੀਡਰ ਨਾਲ ਦੁਬਾਰੇ ਕਣਕ ਪਜਾ ਦਿੰਦੇ ਹਾਂ, ਕਦੇ ਇਹ ਕਹਿੰਦੇ ਆ ਵੀ ਤੁਸੀਂ ਯਾਰ ਇਹ 'ਤੇ ਫਲਾਣਾ ਸਪਰੇ ਕਰ ਦਿਓ, ਕਦੇ ਇਹ ਕਹਿੰਦੇ ਆ ਵੀ ਜਿਹੜਾ ਝੋਨਾ ਹੈ ਉਹਦੀ ਸਪਰੇ ਤੁਸੀਂ ਪਿਛਲੀ ਸੁੰਡੀ ਦੀ ਸਪਰੇ ਹੈ ਜਿਹੜੀ ਪਹਿਲਾਂ ਕਰਤੀ ਲੇਟ ਕਰਨੀ ਸੀ। ਇਸ ਕਿਸਮ ਦੀਆਂ ਜਿਹੜੀਆਂ ਬੇਤੁਕੀਆਂ ਗੱਲਾਂ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਵਜ਼ਨ ਨਹੀਂ। ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੀ ਪਰਾਲੀ ਹੈ, ਸਰਕਾਰ ਇਹਦਾ ਕੋਈ ਠੋਸ ਹੱਲ ਕੱਢ ਨਹੀਂ ਸਕੀ। ਆਪਦੀ ਜਿਹੜੀ ਨਲਾਇਕੀ ਹੈ ਸਰਕਾਰੀ ਅਧਿਕਾਰੀਆਂ ਦੀ, ਉਹ ਕਿਸਾਨਾਂ ਸਿਰ ਠੋਸੀ ਜਾ ਰਹੀ ਹੈ। ਨੁਕਸ ਅਧਿਕਾਰੀਆਂ ਦਾ, ਨੁਕਸ ਇਹਨਾਂ ਦੇ ਮਾਰਾਂ ਦਾ, ਉਹਦਾ ਸਾਰਾ ਜੁੰਮਾ ਕਿਸਾਨਾਂ ਸਿਰ ਸਿੱਟ ਕੇ ਦੋਸ਼ੀ ਕਿਸਾਨ ਨੂੰ ਬਣਾਇਆ ਜਾ ਰਿਹਾ। ਉਹਦੇ ਜੁਰਮਾਨੇ ਪਾਏ ਜਾ ਰਹੇ ਨੇ, ਉਹਦੇ ਪਰਚੇ ਪਾਏ ਜਾ ਰਹੇ ਨੇ, ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਸੁੱਟਣ ਦੀ ਪਲੈਨ ਬਣਾਈ ਜਾ ਰਹੀ ਹੈ। ਆਹ ਸਾਰਾ ਜਿਹੜਾ ਇਹ ਹੈ, ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਅਸੀਂ ਇਹ ਸਮਝਦੇ ਹਾਂ ਵੀ ਸਰਕਾਰ ਪਰਚੇ ਵਾਪਸ ਕਰੇ ਅਤੇ ਅਗਲੇ ਸਾਲ ਵਾਸਤੇ ਪਰਾਲੀ ਦਾ ਕੋਈ ਹੱਲ ਕਰੇ। ਇਹ ਖੇਤੀਬਾੜੀ ਚੀਪ ਦੇ ਸਾਡਾ ਧਰਨਾ ਇਸ ਕਰਕੇ ਹੈ, ਜਿਹੜਾ ਚੀਪ ਹੈ ਪਿਛਲੇ ਦਿਨੀ ਅੱਗ ਲਾਉਣ ਦੇ ਸੰਬੰਧ 'ਚ ਇਹਨੇ ਪਰਚੇ ਵੱਡੇ ਪੱਧਰ 'ਤੇ ਕਰਵਾਏ ਨੇ। ਉਹ ਪਰਚਿਆਂ ਦੇ ਕਾਰਨ ਉਹ ਜਿਹੜੇ ਕਿਸਾਨ ਇਹਨਾਂ ਤੋਂ ਡਰ ਗਏ, ਜਾਂ ਜਿਹੜੇ ਕਿਸਾਨ ਇਹਨਾਂ ਦੀ ਨੀਤੀ ਵਰਤ ਗਏ, ਉਹ ਕਿਸਾਨਾਂ ਦੀ ਫਸਲ ਅੱਜ ਕਣਕ ਹੈ ਜਿਹੜੀ
ਜਿਹੜੀ ਕਣਕ ਨੇ ਅੱਜ ਮਤਲਬ ਵੱਡੀ ਵੱਡੀ ਹੋ ਜਾਣਾ ਸੀਗਾ ਉਹ ਸਾਰੀ ਬਰਬਾਦ ਹੋ ਗਈ। ਉਹਦੀ ਬਰਬਾਦੀ ਦਾ ਕਾਰਨ ਲੈ ਕੇ ਅਸੀਂ ਇੱਥੇ ਦੱਸਣ ਆਏ ਹਾਂ ਵੀ ਉਹ ਕਿਸਾਨਾਂ ਨੂੰ ਕਣਕ ਦਾ ਮੁਆਵਜ਼ਾ ਮਿਲਣਾ ਚਾਹੀਦਾ। ਉਹਨਾਂ ਨੇ ਤੁਹਾਡੀ ਨੀਤੀ ਦੇ ਮੁਤਾਬਕ ਕਣਕ ਬੀਜੀ ਹੈ, ਮਤਲਬ ਜਥੇਬੰਦੀ ਤਾਂ ਉਹਨਾਂ ਨੂੰ ਕਹਿੰਦੀ ਰਹੀ ਵੀ ਅੱਗ ਲਾਓ ਸੁੰਡੀ ਪੈਂਦੀ ਹੈ, ਸਾਡੀ ਤਾਂ ਪਿਛਲੀ ਲਿਸਟ ਹੈ ਸਾਡੇ ਕੋਲ ਤਾਂ ਇਹ, ਪਰ ਇਹਨਾਂ ਦੀ ਨੀਤੀ ਕਾਰਨ ਉਹ ਜਿਹੜੀ ਕਣਕ ਬੀਜੀ ਹੈ ਉਹ ਸਾਰੀ ਕਣਕ ਸੁੰਡੀ ਨੇ ਖਾ ਲਈ। ਇਹਨਾਂ ਕੋਲ ਕੋਈ ਉਹਦਾ ਜਵਾਬ ਨਹੀਂ, ਗੱਲਾਂ ਨੇ ਡਾਕਟਰ ਅਸੀਂ ਮਤਲਬ ਬੁਲਾ ਫੋਨਾਂ 'ਤੇ ਬੁਲਾਏ ਨੇ, ਉਹਨਾਂ ਕੋਲ ਕੋਈ ਠੋਸ ਜਵਾਬ ਨਹੀਂ। ਆਹ ਸਪਰੇ ਕਰ ਦਿਉ, ਆਹ ਸਪਰੇ ਕਰ ਦਿਉ, ਸਪਰੇਹਾਂ ਕਰੀ ਜਾਂਦੇ ਨੇ ਕਿਸਾਨ, ਬਿਲਕੁਲ ਕਈ ਕਿਸਾਨ ਬਰਬਾਦ ਹੋ ਗਏ। ਇਹ ਹੋ ਸਕਦਾ ਜਿਹੜੇ ਕਿਸਾਨਾਂ ਦੀ ਜ਼ਮੀਨ ਠੇਕੇ 'ਤੇ ਉਹ ਖੁਦਕੁਸ਼ੀ ਕਰ ਜਾਣ, ਕਿਉਂ ਕਣਕ ਹੈ ਮਰ ਗਈ। 13 ਤਰੀਕ ਦਾ ਅੱਗੇ ਮੀਂਹ ਆ ਰਿਹਾ, ਕਣਕੇ ਨਹੀਂ ਬਿਜਲੀ ਵਾਹਣ ਵਿਹਲਾ ਰਹੂਗਾ, ਉਹਦੇ ਜ਼ਿੰਮੇਦਾਰ ਇਹ ਨੇ, ਸਰਕਾਰਾਂ ਨੇ ਉਹਦੀਆਂ ਜ਼ਿੰਮੇਦਾਰ, ਉਹ ਸਰਕਾਰਾਂ ਸਾਰੀ ਭਰਵਾਈ ਕਰਨ। ਇਸ ਕਰਕੇ ਸਾਡਾ ਧਰਨਾ, ਤੁਹਾਡਾ ਸਾਰਿਆਂ ਦਾ ਧੰਨਵਾਦ। ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।